ਸਭ ਤੋਂ ਪਹਿਲੇ ਤਾਂ ਮੈਂ ਧੰਨਵਾਦੀ ਹਾਂ ਸਾਰੀ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਦਾ। ਪਿੱਛੇ ਉਹ ਬਜ਼ੁਰਗ ਸਰ ਇੰਦਰਜੀਤ ਸਿੰਘ ਖੜ੍ਹੇ ਨੇ, ਉੱਥੇ ਕੋਈ ਕੁਰਸੀ ਦੇ ਦਿਓ ਯਾਰ, ਬਜ਼ੁਰਗਾਂ ਨੂੰ ਪਲੀਜ਼ ਦੇ ਦਿਓ। ਮੈਂ ਕਹਿੰਦਾ ਕਿ ਅੱਜ ਦਫ਼ਤਰ ਛੋਟਾ ਪੈ ਰਿਹਾ ਔਰ ਇੰਨੇ ਸਾਡੇ ਮਿੱਤਰ ਦੋਸਤ ਸਾਰੇ ਪਾਰਟੀ ਦੇ ਸੀਨੀਅਰ ਅਹੁਦੇਦਾਰ ਸਾਹਿਬਾਨ ਵੀ ਖੜ੍ਹੇ ਨੇ, ਔਰ ਤੁਸੀਂ ਇਹ ਵਰਕਿੰਗ ਡੇ 'ਤੇ ਜਦੋਂ ਮੀਂਹ ਪੈਂਦਾ ਪਿਆ ਲੋਕ ਬਹਾਨਾ ਮਾਰ ਜਾਂਦੇ ਅਤੇ ਸਾਨੂੰ ਬਿਠਾਉਣ ਦੀ ਜਗ੍ਹਾ ਨਹੀਂ ਦੱਸ ਦਿੱਤੀ, ਇਹ ਦਰਦ ਦੱਸਦਾ ਪਿਆ। ਹਾਲਾਤ ਇਹ ਨੇ ਕਿ ਸ਼੍ਰੋਮਣੀ ਅਕਾਲੀ ਦਲ 1950 'ਚ ਮਾਸਟਰ ਜੀ ਨੇ ਨੀਂਹ ਰੱਖੀ ਸੀ ਅਤੇ ਮੇਰੇ ਪਿਤਾ ਜੈਦਾਰ ਸੰਤੋਖ ਸਿੰਘ, ਜੈਦਾਰ ਰਛਪਾਲ ਸਿੰਘ, ਆਪਣਾ ਬਿੰਦਰਾ ਸਾਹਿਬ ਹੁੰਦੇ ਸਨ, ਕੁਲਵੰਤ ਸਿੰਘ ਬਿੰਦਰਾ ਹੁੰਦੇ ਸਨ, ਫਰੰਟੀਅਰ ਸਾਹਿਬ ਹੁੰਦੇ ਸਨ, ਜੈਦਾਰ ਅਵਤਾਰ ਸਿੰਘ ਕੋਹਲੀ ਹੁੰਦੇ ਸਨ, ਪੁਰਾਣੇ ਜੇ ਮੈਂ ਬਖਸ਼ੀ ਜਗਦੇਵ ਸਿੰਘ ਜੀ ਦੀ ਗੱਲ ਕਰ ਲਵਾਂ, ਬਖਸ਼ੀ ਲੋਚਨ ਸਿੰਘ ਜੀ ਦੀ ਗੱਲ ਕਰ ਲਵਾਂ, ਜੈਦਾਰ ਜਸਵੰਤ ਸਿੰਘ ਜੀ ਦੀ ਗੱਲ ਕਰਾਂ, ਇੱਥੇ ਮਨਜੀਤ ਬੈਠਾ ਉਹਦੇ ਪਿਤਾ ਸਰਦਾਰ ਸਦਾਰਾ ਸਿੰਘ ਹੋਰੀ ਹੋ ਗਏ, ਇਹ ਨੀਹਾਂ ਜਿਹੜੀਆਂ ਅਕਾਲੀ ਦਲ ਦੀਆਂ ਰੱਖੀਆਂ। ਇੱਥੇ ਸਰ ਹੁਕਮ ਸਿੰਘ ਜਤਿੰਦਰ ਸਾਹਨੀ ਦੇ ਨਾਨਾ ਜੀ ਲੱਗਦੇ ਸਨ, ਸਰ ਹੁਕਮ ਸਿੰਘ ਸ਼ਾਹਦਰੇ ਵਾਲੇ ਮਸ਼ਹੂਰ ਸਨ। ਸਮਾਂ ਬਦਲਿਆ, ਮੇਰੇ ਨਾਲ ਸਰਨਾ ਭਰਾ ਬੈਠੇ ਨੇ, ਇਹਨਾਂ ਦੇ ਫਾਦਰ ਸਾਹਿਬ ਤਰਲੋਚਨ ਸਿੰਘ, ਔਰ ਉਹਨਾਂ ਦੇ ਨਾਲ ਇਹਨਾਂ ਭਰਾਵਾਂ ਦਾ, ਮੈਂ ਸਮਝਦਾ ਉਸ ਵੇਲੇ ਜਿਹੜਾ 80 ਦਾ ਦਹਾਕਾ ਸੀਗਾ ਜੋ ਰੋਲ ਰਿਹਾ ਅਕਾਲੀ ਦਲ ਦੇ ਨਾਲ, ਉਹ ਕਾਬਲੇ ਤਾਰੀਫ ਸੀ। ਅਸੀਂ ਅਕਾਲੀ ਦਲ ਦੇ ਵਿੱਚ ਰਹੇ, ਚੜ੍ਹ ਲਈ, ਨਾਰਾਜ਼ਗੀ ਵੀ ਪਈ ਤਾਂ ਉਹਦੇ ਖਿਲਾਫ਼ ਵੀ ਲੜੇ। ਅੱਜ ਮੈਂ ਜਿਹੜੀ ਗੱਲ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਜਿੱਤੇ ਹੋਏ ਬੈਠੇ ਨੇ, ਜਿਹੜੀ ਜੜ੍ਹ, ਜਿਹੜੇ ਉਹਨਾਂ ਦੇ ਟਿਕਟਾਂ 'ਤੇ ਜਿੱਤੇ, ਔਰ ਮੈਂ ਬੈਠਾ ਵਾਂ ਆਪਣੀ ਪਾਰਟੀ ਬਣਾ ਕੇ ਲੜਿਆ ਸੀ, ਸਰਨਾ ਸਾਹਿਬ ਬੈਠੇ ਨੇ, ਇਹ ਆਪਣੀ ਪਾਰਟੀ ਕਈ ਸਾਲਾਂ ਤੋਂ ਇਹਨਾਂ ਦੀ ਸੀ, ਆਪਣੀ ਪਾਰਟੀ 'ਤੇ ਲੜੇ ਸੀ। ਸਾਨੂੰ ਅਕਾਲੀ ਦਲ 'ਚ ਵਾਪਸ ਆਉਣ ਦੀ ਲੋੜ ਕਿਉਂ ਪਈ? ਅਸੀਂ ਤਾਂ ਜਿਸ ਤਰ੍ਹਾਂ ਕਹਿੰਦੇ ਹਾਂ ਕਿ ਪੂਰੀ ਜੰਗ ਲੜੀ ਸੀਗੀ ਅਕਾਲੀ ਦਲ ਦੇ ਨਾਲ, ਉਹ ਇਸ ਕਰਕੇ ਪਈ ਕਿਉਂਕਿ ਸਮਝ ਆ ਗਿਆ ਹੌਲੀ ਹੌਲੀ ਕਿ ਅਸੀਂ ਆਪੋ 'ਚ ਵੰਡੇ ਗਏ ਹਾਂ, ਔਰ ਕਿਸ ਤਰੀਕੇ ਨਾਲ ਸਾਨੂੰ ਸੈਂਟਰ ਦੀ ਸਰਕਾਰ ਸਾਡੇ ਨਾਲ ਵਾਅਦੇ ਕਰਨ ਤੋਂ ਬਾਅਦ ਸਾਨੂੰ ਉਹ ਚੀਜ਼ਾਂ ਨਹੀਂ ਦੇ ਰਹੀ ਜਿਹੜੀ ਦੂਜਿਆਂ ਨੂੰ ਥਾਲੀ 'ਚ ਪਾ ਕੇ ਦੇ ਰਹੀ। ਮੈਂ ਕੱਲ੍ਹ ਅਖਬਾਰ 'ਚ ਪੜ੍ਹ ਲਿਆ ਸੀ, ਪਿੱਛੇ ਤੁਹਾਡੇ ਨਾਲ ਜ਼ਿਕਰ ਕੀਤਾ ਹੈ ਕਿ ਬਿਲਕਿਸ ਬਾਨੋ ਦੇ ਕਾਤਲ ਛੱਡੇ, ਰਾਜੀਵ ਗਾਂਧੀ ਦੇ ਕਾਤਲ ਛੱਡੇ। ਮੈਂ ਕੱਲ੍ਹ ਪੜ੍ਹ ਰਿਹਾ ਸੀ ਕਿ ਜਿਹੜਾ ਨਿਠਾਰੀ ਦਾ ਜਿਹੜਾ ਉਹ ਹੈਗਾ ਸੀਗਾ ਮੇਨ ਅਕਿਊਜ਼ ਕੋਹਲੀ ਕੋਹਲੀ ਕਰਕੇ, ਉਸਨੂੰ ਛੱਡਣ ਵਾਸਤੇ ਰਸਤਾ ਕੱਢਿਆ ਜਾ ਰਿਹਾ ਕਿ ਉਸਨੂੰ ਪ੍ਰੀ ਮੈਚੋਰ 24 ਸਾਲ ਹੋ ਗਏ। ਉਹ ਯਾਰ ਜਿਹੜੇ ਬੰਦਿਆਂ ਨੇ, ਮਤਲਬ ਮੈਨੂੰ ਯਾਦ ਹੈ ਮੈਂ ਸ਼ੀਲਾ ਦੀਕਸ਼ਿਤ ਮੈਨੇ ਲੜਿਆ ਸੀ ਜਮੁਨਾ ਪਾਰ, ਮੈਨੂੰ ਕੌਂਡੀ ਦਾ ਨਾਂ ਦਿਮਾਗ 'ਚੋਂ ਭੁੱਲ ਰਿਹਾ ਹੈ, ਉੱਥੇ ਬੂਚਰ ਸੀਗਾ ਜਿਸਨੇ 33 ਸਿੱਖਾਂ ਨੂੰ ਕੱਟਿਆ ਸੀ ਟੋਕੇ ਦੇ ਨਾਲ। ਕਾਲੂ ਨਹੀਂ, ਉਹ ਤਾਂ ਕੁਛ ਹੋਰ ਨਾਂ ਸੀ, ਹੁਣ ਯਾਦ ਆ ਜਾਏਗਾ। ਕਿਸ਼ੋਰੀ ਲਾਲ ਨੂੰ ਉਹਨਾਂ ਨੇ ਛੱਡਿਆ, ਅਸੀਂ ਪ੍ਰੋਟੈਸਟ ਕੀਤਾ, ਉਸਨੂੰ ਉਹਦੀ ਕੈਂਸਲ ਕਰਾਈ ਉਹਦੀ ਪੇ, ਮੈਂ ਇਹ ਸਮਝਦਾ ਫਿਰ ਉਸਨੂੰ ਛੱਡ ਦਿੱਤਾ ਗਿਆ। ਤੁਸੀਂ ਇਹੋ ਜਿਹੇ ਬੰਦਿਆਂ ਨੂੰ ਛੱਡ ਰਹੇ ਹੋ, ਸਾਨੂੰ ਨਹੀਂ ਛੱਡ ਰਹੇ, ਸਾਨੂੰ ਮੈਂ ਕਹਿ ਰਿਹਾ ਜਿਹੜੇ
ਬੰਦੀ ਸਿੰਘ। ਹੁਣੇ ਜਦੋਂ ਮੈਂ ਬੈਠਾ ਮੈਨੂੰ ਦਲ ਖਾਲਸਾ ਵਾਲਿਆਂ ਦਾ ਫੋਨ ਆਇਆ ਕਵਰਪਾਲ ਸਿੰਘ ਦਾ, ਉਹ ਰਾਣਾ ਜੀ ਨਾਲ ਵੀ ਸ਼ਾਇਦ ਗੱਲ ਹੋਈ ਹੋਵੇ। ਮੈਂ ਕਿਹਾ ਰਾਣਾ ਜੀ ਨਾਲ ਵੀ ਗੱਲ ਕਰੋ ਕਿ ਜਿਹੜੇ ਹਾਈਜੈਕਰ ਸੀਗੇ ਇਹਨਾਂ ਦੇ ਕੇਸ ਅਸੀਂ ਕਿੱਦਾਂ ਲੜੇ, ਕਿੱਦਾਂ ਇਹਨਾਂ ਨੂੰ ਛੁਡਵਾਇਆ ਜਿਹੜੇ ਇੰਡੀਆ 'ਚ ਵਾਪਸ ਆਏ ਸੀਗੇ। ਅੱਜ ਸਰਕਾਰ ਕੀ ਕਰ ਰਹੀ ਹੈ, ਕਿਉਂਕਿ ਸਰਕਾਰ ਨੂੰ ਗੱਦਾਰ ਮਿਲ ਗਏ ਨੇ। ਗੱਲ ਨੂੰ ਸਮਝੋ, ਭਵਿਸ਼ਣ ਮਿਲ ਚੁੱਕੇ ਨੇ, ਔਰ ਕੌਣ ਭਵਿਸ਼ਣ ਨੇ, ਕਿਉਂ ਆਪਣੀ ਜ਼ੁਬਾਨ ਗੰਦੀ ਕਰੀ। ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਮੈਂ ਅਕਾਲੀ ਦਲ ਦੇ ਖਿਲਾਫ਼ ਪਾਰਟੀ ਬਣਾ ਕੇ, ਅੱਜ ਇੱਥੇ ਬੜੇ ਸਾਰੇ ਕੈਂਡੀਡੇਟ ਬੈਠੇ ਨੇ, ਸਰਨਾ ਸਾਹਿਬ ਦੇ ਕੈਂਡੀਡੇਟ ਬੈਠੇ ਨੇ, ਅਸੀਂ ਅਕਾਲੀ ਦਲ ਦੇ ਖਿਲਾਫ਼ ਲੜੇ ਹਾਂ। ਇਹ ਅਕਾਲੀ ਦਲ ਦੀ ਟਿਕਟਾਂ ਤੋਂ ਜਿੱਤ ਕੇ ਜਿੱਦਣ ਪ੍ਰਧਾਨਗੀ ਮਿਲਦੀ ਹੈ ਉਦਣ ਪੰਥ ਯਾਦ ਆ ਜਾਂਦਾ ਤੁਹਾਨੂੰ। ਉਦਣ ਤੁਸੀਂ ਆਖਦੇ ਹੋ ਕਿ ਸੁਖਬੀਰ ਬਾਦਲ ਤਾਂ ਇਹ ਗਲਤ ਕਰ ਗਿਆ, ਫਲਾਨਾ ਤਾਂ ਇਹ ਗਲਤ ਕਰ ਗਿਆ, ਅਕਾਲੀ ਦਲ ਦਾ ਜ਼ਮੀਰ ਹੀ ਨਹੀਂ ਜਾਗਿਆ। ਉਹ ਤੁਸੀਂ ਪਹਿਲੇ ਜ਼ਮੀਰ ਵਾਲੇ ਹੋ ਯਾਰ, ਤੁਹਾਡੀ ਸਾਨੂੰ ਗਵਾਹੀ ਚਾਹੀਦੀ ਹੈ। ਮੈਂ ਹੈਰਾਨ ਸੀ ਉਸ ਦਿਨ ਪ੍ਰਧਾਨ ਹਰਮੀਤ ਕਾਲਕੇ ਦਾ ਬਿਆਨ ਸੁਣ ਰਿਹਾ, ਉਹਨਾਂ ਦੇ ਪਿਤਾ ਨੂੰ ਸਰੋਪਾ ਪਾ ਰਿਹਾ ਸੀਗਾ ਅੰਮ੍ਰਿਤਪਾਲ ਜੀ ਦੇ, ਉਹਨਾਂ ਨੂੰ ਸਰੋਪਾ ਪਾ ਰਿਹਾ, ਤੇ ਦੂਜੇ ਪਾਸੇ ਕਿਸੇ ਨੇ ਟੇਪ ਜੋੜ ਕੇ ਭੇਜੀ, ਕਹਿੰਦੇ ਅਸੀਂ ਪੰਥਕ ਹਾਂ, ਅਕਾਲੀ ਹਾਂ, ਅਕਾਲੀ ਸੀ, ਅਕਾਲੀ ਮਰਾਂਗੇ, ਇਹ ਕਾਲਕਾ ਜੀ ਕਹਿ ਰਹੇ ਨੇ। ਤੇ ਦੂਜੇ ਪਾਸੇ ਕਿਸੇ ਨੇ ਟੇਪ ਜੋੜ ਦਿੱਤੀ ਕਿ ਜੋ ਦਿੱਲੀ ਕਮੇਟੀ ਦੇ ਮੈਂਬਰਾਂ ਨੇ ਬੀਜੇਪੀ ਦੀ ਮਦਦ ਕੀਤੀ ਹੈ, 600 ਸੀਟਾਂ ਬੀਜੇਪੀ ਦੀ ਚਿਤਾਨ ਦੇ ਵਿੱਚ ਦਿੱਲੀ ਕਮੇਟੀ ਦਾ ਬਹੁਤ ਵੱਡਾ ਹੱਥ ਹੈ, ਕਮਾਲ ਹੈ ਤੁਹਾਡੀ। ਤੇ ਜੇ ਮੈਂ ਤੁਹਾਡਾ ਰਿਜ਼ਲਟ ਦੱਸ ਦਵਾਂ, ਇੱਥੇ ਵੈਸਟ ਦਿੱਲੀ ਦੇ ਕਈ ਮੈਂਬਰ ਬੈਠੇ ਨੇ, ਤੁਸੀਂ ਨਾ ਬੂਥ ਵਾਈਜ਼ ਕੱਢ ਲਓ, ਮੈਂ ਕੁਝ ਗੱਲਾਂ ਬਰੀਕੀ ਦੀਆਂ ਦੱਸ ਰਿਹਾ, ਤੁਸੀਂ ਤਿਲਕ ਨਗਰ ਦੇ ਬੂਥ ਕੱਢ ਲਓ, ਤੁਸੀਂ ਰਜੌਰੀ ਗਾਰਡਨ ਦੇ ਕੱਢ ਲਓ, ਤੁਸੀਂ ਵਿਸ਼ਨੂੰ ਗਾਰਡਨ ਦੇ ਕੱਢ ਲਓ, ਤੁਸੀਂ ਸ਼ਿਵ ਨਗਰ, ਫਤਿਹ ਨਗਰ, ਹਰੀ ਨਗਰ, ਤੁਸੀਂ ਇਹਨਾਂ ਬੂਥਾਂ ਦੇ ਰਿਜ਼ਲਟ ਕੱਢੋ ਜਿੱਥੇ ਸਿੱਖ ਪਾਪੂਲੇਟਡ ਨੇ, ਸਾਰੇ ਬੂਥਾਂ ਤੋਂ ਬੀਜੇਪੀ ਹਾਰ ਰਹੀ ਹੈ ਔਰ ਇਹ ਆਪਣੀ ਪਿੱਠ ਥਪਥਪਾਈ ਜਾ ਰਹੇ ਨੇ। ਦੇਖੋ ਅਸੀਂ ਕਮਾਲ ਕਰ ਦਿੱਤੀ, ਅਸੀਂ ਬੀਜੇਪੀ ਜਿਤਾਤੀ, ਉਹ ਭਾਈ ਤੁਸੀਂ ਨਾ ਪਲੇਅਰਾਂ 'ਚ ਨਾ ਸਪੇਅਰਿਆਂ 'ਚ, ਨਾ ਤਾਂ ਤੁਸੀਂ ਉਹਦੀ ਸਟੰਪਣੀ ਬਣ ਸਕੇ ਹੋ, ਪਲੇਅਰ ਤਾਂ ਤੁਸੀਂ ਕਿੱਥੋਂ ਬਣਨਾ ਸੀਗਾ। ਮੈਂ ਸਮਝਦਾ ਕਿ ਅੱਜ ਸਕੂਲਾਂ ਦਾ ਹਾਲ ਛੱਡੀਏ, ਅੱਜ ਮਸਲੇ ਹੋਰ ਨੇ ਕਿ ਤੁਸੀਂ ਇਸ ਕੌਮ ਦੀ ਪਿੱਠ ਦੇ ਵਿੱਚ ਹਰ ਜਗ੍ਹਾ 'ਤੇ ਛੁਰੇ ਮਾਰੇ। ਜਿਹੜੇ ਆਖਦੇ ਸੀ ਨਾ ਕਿ ਮੈਂ ਅਕਾਲੀ ਸੀ, ਅਕਾਲੀ ਹਾਂ, ਅਕਾਲੀ ਰਵਾਂਗਾ, ਸਾਡੇ ਹੁਣੇ ਨਵਾਂ ਇਹਨਾਂ ਨੇ ਇੱਕ ਇੰਟਰਵਿਊ ਦਿੱਤਾ। ਮੈਂ ਸਿਰਫ ਇੱਕੋ ਗੱਲ ਦੇ ਦਿੰਦਾ, ਪਾਲੀ ਜੀ ਕੋਲੋਂ ਗੁੰਮ ਗਿਆ ਇਸ਼ਤਿਹਾਰ, ਲੇਕਿਨ ਮੇਰੇ ਕੋਲੋਂ ਵੀ ਫੋਟੋ ਕਾਪੀ ਹੈ 1996 ਦੇ ਵਿੱਚ, ਕਿ ਪਤਾ ਨਹੀਂ ਮੈਨੂੰ ਐਗਜੈਕਟ ਡੇਟ ਯਾਦ ਨਹੀਂ, 86 ਦੇ ਵਿੱਚ ਇਹਨਾਂ 86-87 ਦੇ ਵਿੱਚ ਫੁੱਲ ਪੇਜ ਐਡ ਦਿੱਤੀ ਸਾਹਿਬ ਜਸਵੰਤ ਸਿੰਘ ਕਾਲਕਾ। ਸਾਹਿਬ ਕੌਣ ਸੀ ਸਾਹਿਬ ਜਸਵੰਤ ਸਿੰਘ ਕਾਲਕਾ ਪਤਾ ਤੁਹਾਨੂੰ? ਅੱਜ ਦੇ ਪ੍ਰਧਾਨ ਸਾਹਿਬ ਦੇ ਦਾਦਾ ਜੀ। ਇਹਨਾਂ ਨੇ 9 ਸਾਲ ਇਲੈਕਸ਼ਨ ਨਹੀਂ ਹੋਣ ਦਿੱਤੀ ਕਿਉਂਕਿ 84 ਹੋ ਚੁੱਕੀ ਸੀਗੀ, ਔਰ ਮਨਚੰਦਾ ਸਾਹਿਬ ਦੀ ਡੈਥ ਹੋ ਗਈ ਹੈ, ਸੀਨੀਅਰ ਵਾਈਸ ਪ੍ਰੈਜੀਡੈਂਟ ਸੀ, ਇਹਨੇ 9 ਸਾਲ ਸੀਨੀਅਰ ਵਾਈਸ ਪ੍ਰੈਜੀਡੈਂਟ ਦੀ ਇਲੈਕਸ਼ਨ ਨਹੀਂ ਹੋਣ ਦਿੱਤੀ। ਜੇ ਇਸ ਤੋਂ ਧੱਕੇ ਨਾਲ ਡਾਕਟਰ ਜਸਪਾਲ ਸਿੰਘ ਨੇ ਤੇ ਹੋਰ ਇੱਕ ਦੋ ਹਿੱਤ ਹੋਰਾਂ ਨੇ, ਜੈਦਰ ਅਵਤਾਰ ਸਿੰਘ ਹਿੱਤ ਹੋਰਾਂ ਨੇ ਇਲੈਕਸ਼ਨ ਕਰਾ ਲਈ, ਤੇ ਜਦੋਂ ਇਲੈਕਸ਼ਨ ਕਰਾ ਲਈ ਇਹਨਾਂ ਦੀ ਕਮੇਟੀ ਬਦਲ ਗਈ, ਤੇ ਜਿਹੜੀ ਅੰਬੈਸਡਰ ਕਾਰ ਇਹਨਾਂ ਕੋਲ ਖੜੀ ਸੀ ਇੱਟਾਂ ਤੇ ਲਾ ਕੇ, ਉਹਦੇ ਟਾਇਰ ਲਾ ਰਹੇ ਸੀ ਕਿ ਮੈਂ ਗੱਡੀ ਵਾਪਸ ਨਹੀਂ ਦੇਣੀ ਕੁਦਰਾ ਦੇ।
ਤੇ ਫੁੱਲ ਪੇਜ ਜਿਹੜੀ ਐਡ ਦਿੱਤੀ ਉਹ ਸੁਣੋ, ਉਹਦੇ 'ਚ ਲਿਖਦਾ ਹੈ ਕਿ ਜੋ ਅਕਾਲ ਤਖ਼ਤ ਤੋਂ ਹੋ ਰਿਹਾ ਉਹ ਸਾਰਾ ਗਲਤ ਹੈ ਸਰ ਜਸਵੰਤ ਸਿੰਘ ਕਾਲਕਾ। ਉਹ ਸੰਨ 85 ਦੀ ਹੈ, 85 ਦੀ। ਮੇਰੇ ਕੋਲ ਫੋਟੋਕਾਪੀ ਹੈ, ਮੈਂ ਭੇਜ ਦਿਆਂਗਾ ਗਰੁੱਪ 'ਚ ਪਵਾ ਦੇਣਾ। ਉਹਦੇ 'ਚ ਲਿਖਦੇ ਨੇ ਕਿ ਇਹ ਜਿਹੜੀ ਐਡ ਹੈ, ਰਾਣਾ ਜੀ ਤੁਹਾਨੂੰ ਬੜਾ ਮਜ਼ਾ ਆ ਰਿਹਾ ਅੱਜ ਮਨ ਲੱਗ ਰਿਹਾ। ਐਨੀਵੇ ਉਸ ਐਡ ਦੇ ਵਿੱਚ ਲਿਖਦੇ ਨੇ ਕਿ ਅਕਾਲ ਤਖ਼ਤ ਸਾਹਿਬ ਤੋਂ ਸਭ ਕੁਛ ਗਲਤ ਹੋ ਰਿਹਾ। ਉੱਥੋਂ ਆਤੰਕ ਦੀ ਦੁਕਾਨ ਚੱਲਦੀ ਪਈ ਹੈ ਔਰ ਸੈਂਟਰ ਸਰਕਾਰ ਰਾਜੀਵ ਗਾਂਧੀ ਬਿਲਕੁਲ ਠੀਕ ਕਰਦਾ ਪਿਆ ਕਿਉਂਕਿ ਆਪਾਂ ਰਾਜ ਸਭਾ ਨੇ। ਗੱਲ ਨੂੰ ਸਮਝੋ, ਇਹਨਾਂ ਨੇ ਆ ਰਿਹਾ ਕਾਕਾ ਮੈਂ ਭੁੱਲਦਾ ਥੋੜੀ ਹੈ ਯਾਰ, ਇਹਨਾਂ ਨੇ ਸਰਬੱਤ ਖਾਲਸਾ ਬੁਲਾਇਆ। ਕਿੱਥੇ ਬੁਲਾਇਆ ਸਰਬੱਤ ਖਾਲਸਾ? ਕਿਉਂਕਿ ਏਡੀ ਦੁਨੀਆ ਸਰਬੱਤ ਖਾਲਸਾ ਦੇ ਲੱਖੋਂ ਸਿੱਖਾਂ ਨੇ ਆਉਣਾ, ਗੁਰੂ ਘਰਾਂ 'ਚ ਏਡੀ ਜਗ੍ਹਾ ਨਹੀਂ। ਇਹਨਾਂ ਨੇ ਰਾਮਲੀਲਾ ਗਰਾਊਂਡ ਬੁੱਕ ਕਰਾਇਆ, ਰਾਮਲੀਲਾ ਗਰਾਊਂਡ ਜਿਹੜਾ ਬੁੱਕ ਕੀਤਾ ਉਹਦੇ 'ਚ ਏਡਾ ਲੰਗਰ, ਏਡਾ ਸ਼ਮਿਆਨਾ, ਭਲੇ ਵਕਤਾਂ ਦੇ ਵਿੱਚ 9,34,000 ਰੁਪਇਆ ਖਰਚ ਆਇਆ ਔਰ ਉੱਥੇ ਸੰਗਤ ਆਈ ਨਹੀਂ, ਬੰਦੇ ਆਏ ਨਹੀਂ। ਜਿਹੜਾ ਲੰਗਰ ਪੱਕਿਆ ਉਹ ਜਮਨਾ ਸੁੱਟਣਾ ਪਿਆ। ਅਵਤਾਰ ਸਿੰਘ ਹਿੱਤ ਉਹਨਾਂ ਦੀ ਟੇਪ ਸੁਣ ਲਓ, ਮੈਂ ਨਹੀਂ ਕਹਿੰਦਾ, ਇਹ ਬੈਠਾ ਉਹਨਾਂ ਦਾ ਖਾਸ ਚੇਲਾ ਧਿਆੜ, ਬੀਬੀ ਜੀ ਕੋਲ ਉਹਨਾਂ ਦੀ ਟੇਪ ਹੋਏਗੀ, ਇਹ ਬਾਅਦ ਚ ਆਏ ਤੇ ਉਹਦੇ 'ਚ ਉਹ ਕਹਿੰਦੇ ਨੇ ਕਿ ਜਸਵੰਤ ਸਿੰਘ ਕਾਲਕਾ ਜੀ ਮਿੰਤਾ ਕਰਦੇ ਰਹਿ ਗਏ ਕਿ ਮੇਰੇ 9,34,000 ਦੇ ਪ੍ਰਧਾਨ ਸਾਹਿਬ ਗੱਲ ਕਹਿਣ ਦਾ ਉੱਲੇ ਹੋਲੀ ਫੈਮਿਲੀ 'ਚ ਬਿਮਾਰ ਸੀ, ਕਹਿੰਦੇ ਹਿੱਤ ਮੇਰੇ ਮੈਂ ਨਾਲ ਸਾਂ, ਇਸ ਗੱਲ ਦਾ ਜਾਮਨ ਆ, ਇਹਦੀ ਚਾਚੀ ਨਾਲ ਸੀ ਹਮੀਦ ਕਾਲਕੇ ਦੀ, ਕਹਿੰਦੇ ਮੇਰਾ ਪਾਸ ਕਰਾ ਦੇ ਬਜਟ ਜਿਲ੍ਹੇ ਆਪਣਾ ਗਿੱਲ ਸਾਹਿਬ ਬਣਾਇਆ ਸੀ ਪ੍ਰਧਾਨ ਐਕਟ ਤੇ ਉਹ ਆਪਣਾ ਜਸਵੰਤ ਸਿੰਘ ਮਿੰਤਾ ਕਰਦੇ ਰਹੇ ਕਿ 9,34,000 ਦੇ ਮੇਰੇ ਬਿੱਲ ਪਾਸ ਕਰ ਦਿਓ। ਹਿੱਤ ਨੇ ਕਿਹਾ ਬਿਲਕੁਲ ਨੀ ਕਰਾਂਗਾ, ਇਹ ਸਰਕਾਰੀ ਕੰਮ ਹੈ। ਸੋ ਇਹ ਅਕਾਲੀ ਸੀ, ਅਕਾਲੀ ਹੈ ਤੇ ਅਕਾਲੀ ਰਹਿਣਾ। ਇਹ ਖਾਨਦਾਨੀ ਪਿੜ ਚ ਛੁਰੇ ਬਾਲਣ ਵਾਲੇ ਨੇ। ਮੈਂ ਸਮਝਦਾ ਕਿ ਜਿਵੇਂ ਪਾਲੀ ਜੀ ਨੇ ਕਿਹਾ ਨਾ, ਭਾਵੇਂ ਉਹ ਵਡਾਲਾ ਸਾਹਿਬ ਹੋਣ, ਭਾਵੇਂ ਬੀਬੀ ਜਗੀਰ ਕੌਰ ਹੋਣ, ਢੀਂਡਸਾ ਸਾਹਿਬ ਹੋਣ, ਇਹ ਸਾਰੀ ਲੀਡਰਸ਼ਿਪ ਚੰਦੂ ਮਾਜਰਾ ਜੀ ਹੋ ਜਾਣ, ਇਹ ਆਲੀ ਸਾਹਿਬ ਹੋ ਜਾਣ, ਇਹ ਸਾਰੇ ਸਾਡੇ ਅੰਗ ਨੇ, ਇਹ ਵੀ ਕਿਸੇ ਨਾਰਾਜ਼ਗੀ ਕਰਕੇ ਗਏ ਨੇ। ਮੈਂ ਕਹਿੰਦਾ ਕਿ ਜਿਸ ਦਿਨ ਕੋਰ ਕਮੇਟੀ 'ਚ ਮੈਂ ਵੀ ਸੀ, ਸਰਦਾਰ ਸਾਹਿਬ ਵੀ ਸੀ, ਅਸੀਂ ਸਾਰਿਆਂ ਨੇ ਫੈਸਲਾ ਲਿਆ ਕਿ ਆਪਾਂ ਸਮਝੌਤਾ ਨਹੀਂ ਕਰਨਾ, ਕਿਉਂਕਿ ਸਾਡੇ ਅੱਗੇ ਸ਼ਰਤ ਰੱਖੀ ਗਈ ਸੀ ਸੀਟਾਂ ਦੇਤੀਆਂ ਵੀ ਕਰਾਂਗੇ, ਪਰ ਆਪ ਕਿਸਾਨੋਂ ਪੇ ਨਹੀਂ ਬੋਲੋਗੇ, ਆਪ ਬੰਦੀ ਸਿੰਘੋ ਕੇ ਬਾਤ ਨਹੀਂ ਕਰੋਗੇ। ਯੂਨੈਨੀਮਸਲੀ ਸਭ ਨੇ ਫੈਸਲਾ ਲਿਆ ਕਿ ਅਸੀਂ ਨਹੀਂ ਸਮਝੌਤਾ ਕਰਨਾ। ਅੱਜ ਅਸੀਂ ਕਹੀਏ ਤਾਂ ਸੁਖਬੀਰ ਦਾ ਕਸੂਰ ਹੈ। ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੇ ਫੈਸਲਾ ਅਸੀਂ ਸਾਰਿਆਂ ਨੇ ਲਿਆ ਤੇ ਫਿਰ ਜ਼ਿੰਮੇਵਾਰੀ ਵੀ ਸਾਡੀ ਸਾਰਿਆਂ ਦੀ ਹੈ। ਔਰ ਮੈਂ ਪਿਛਲੇ 4 ਮਹੀਨਿਆਂ 'ਚ ਇਲੈਕਸ਼ਨਾਂ 'ਚ ਸਰਨਾ ਸਾਹਿਬ ਦੀ ਵੀ ਡਿਊਟੀ ਲੱਗੀ, ਮੇਰੀ ਵੀ ਲੱਗੀ, ਮੈਂ ਪਿੰਡਾਂ 'ਚ ਰਿਹਾ, ਜੋ ਮਿਹਨਤ ਕੀਤੀ ਸੁਖਬੀਰ ਸਿੰਘ ਬਾਦਲ ਨੇ ਉਹਨੂੰ ਇੱਕ ਪਾਸੇ ਛੱਡ ਦਵਾਂ, ਲੇਕਿਨ ਇਹਨਾਂ ਪਿੰਡਾਂ ਦੇ ਵਿੱਚ ਜਦੋਂ ਫੈਸਲਾ ਕੀਤਾ ਕਿ ਆਪਾਂ ਨਹੀਂ ਸਮਝੌਤਾ ਕਰ ਰਹੇ, ਦੇਖੋ ਸਾਨੂੰ ਕਿਸੇ ਨੇ ਬਰਗਾੜੀ ਦਾ ਸਵਾਲ ਨਹੀਂ ਕੀਤਾ, ਸਾਨੂੰ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਾਲ ਨਹੀਂ,
ਸਾਨੂੰ ਕਿਸੇ ਨੇ ਡੇਰਾ ਮਾਫੀ ਦਾ ਸਵਾਲ ਨਹੀਂ ਕੀਤਾ। ਅਸੀਂ ਜੇ ਮਾਰ ਖਾਧੀ ਹੈ, ਜੇ ਅਸੀਂ ਕਿਤੇ ਮਾਰ ਖਾਧੀ ਹੈ, ਉਹਦੇ ਕਾਰਨ ਹੋਣਗੇ। ਲੇਕਿਨ ਜਿਹੜੇ ਮੇਨ ਮੁੱਦੇ ਸੀ ਜਿਨ੍ਹਾਂ ਕਰਕੇ ਅਕਾਲੀ ਦਲ ਨੂੰ ਮਾਰ ਪਈ ਸੀ, ਉਹ ਸਵਾਲ ਕਿਸੇ ਨੇ ਸੁਖਬੀਰ ਬਾਦਲ ਨੂੰ ਨਹੀਂ ਪੁੱਛਿਆ। ਇਹ ਫੈਕਟ ਹੈ, ਅਸੀਂ ਫੈਕਟ 'ਤੇ ਗੱਲ ਕਰੀਏ ਤਾਂ। ਸੋ ਮੇਰੀ ਬੇਨਤੀ ਹੈ ਕਿ ਅਸੀਂ ਇਹਨਾਂ ਅਰਗੇ ਨਹੀਂ ਹਾਂ ਕਿ ਪ੍ਰਧਾਨਗੀਆਂ ਲੈ ਕੇ ਅਤੇ ਇੱਥੋਂ ਭੱਜ ਜਾਈਏ ਅਤੇ ਫਿਰ ਅਸੀਂ ਕਹੀਏ ਜੀ ਅਸੀਂ ਅਸਲੀ ਪੰਥਕ ਹਾਂ। ਤੁਸੀਂ ਕਿੰਨੇ ਪੰਥਕ ਹੋ ਲਏ, ਅਤੇ ਮੈਂ ਇੱਕ ਚੀਜ਼ ਦੱਸੀਏ ਦੂਜੀ ਦਾ ਬੜੀ ਲੰਬਾ ਟਾਈਮ ਚਾਹੀਦਾ। ਲੇਕਿਨ ਜਿਹੜੇ ਰੁੱਸੇ ਸਾਡੇ ਵੀਰ ਨੇ, ਉਹਨਾਂ ਨੂੰ ਬੇਨਤੀ ਕਰਦੇ ਹਾਂ ਸਿਰ ਜੋੜ ਕੇ ਬੈਠ ਜਾਈਏ। ਤੁਹਾਡੀਆਂ ਵੀ ਕੁਰਬਾਨੀਆਂ ਨੇ, ਤੁਸੀਂ ਵੀ ਪੰਥ ਲਈ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ ਨੇ, ਅਤੇ ਮਿਲ ਕੇ ਫੈਸਲਾ ਕਰ ਲਈਏ। ਹਾਂ, ਇੱਕ ਗੱਲ ਸ਼ਾਇਦ ਪਰਮਜੀਤ ਹੋਰਾਂ ਨੇ ਕਿਹਾ, ਨਹੀਂ ਪਾਲੀ ਜੀ ਨੇ ਕਹੀ ਹੈ ਕਿ ਬਦਲ ਕੀ ਹੈ ਸਾਡੇ ਕੋਲ, ਸਾਡੇ ਕੋਲ ਬਦਲ ਵੀ ਕੋਈ ਨਹੀਂ। ਸੋ ਇਸ ਕਰਕੇ ਮੈਂ ਸਮਝਦਾ ਵਾਂ ਕਿ ਜਦੋਂ ਸਰਕਾਰਾਂ ਮਨਸੂਬੇ ਬਣਾ ਕੇ, ਭਾਵੇਂ ਉਹ ਸਟੇਟ ਹੈ ਭਾਵੇਂ ਸੈਂਟਰ ਹੈ, ਉਹ ਸਾਨੂੰ ਮਾਰਨਾ ਚਾਹ ਰਹੀਆਂ ਨੇ, ਉਸ ਵੇਲੇ ਅਸੀਂ ਆਪਣੇ ਘੋੜੇ ਬਦਲਣ ਦੀ ਗੱਲ ਕਰ ਰਹੇ ਹਾਂ, ਤਾਂ ਮਤਲਬ ਅਸੀਂ ਕਿਸੇ ਸਾਜਿਸ਼ 'ਚ ਆਏ ਹੋਏ ਹਾਂ। ਇਹ ਸਾਜਿਸ਼ 'ਚੋਂ ਬਚਣਾ ਪਏਗਾ, ਇੱਕ ਸਿਰ ਹੋਣਾ ਪਏਗਾ, ਔਰ ਇੱਕ ਜਰਨੈਲ ਥੱਲੇ ਲੜਾਈ ਲੜਨੀ ਪਏਗੀ। ਇਹ ਜਰਨੈਲ ਇਸ ਵੇਲੇ ਬਦਲਣੇ ਮੇਰੇ ਹਿਸਾਬ ਨਾਲ ਠੀਕ ਨਹੀਂ ਨੇ। ਹਾਂ, ਆਪਸ 'ਚ ਬਹਿ ਜਾਓ, ਜੇ ਕੋਈ ਤੁਹਾਡੇ 'ਚੋਂ ਹੈ ਐਸਾ ਬੰਦਾ ਜਿਹੜਾ ਲੀਡ ਲੈ ਸਕਦਾ, ਕੋਈ ਦਿੱਕਤ ਨਹੀਂ, ਸਾਰੇ ਮਿਲ ਕੇ ਫੈਸਲਾ ਕਰ ਲਈਏ। ਲੇਕਿਨ ਨਹੀਂ, ਇਸ ਵੇਲੇ ਬਿਲਕੁਲ ਕੋਈ ਲੋੜ ਨਹੀਂ ਹੈਗੀ ਇਸ ਵੇਲੇ ਸਰਕਾਰ ਦਾ ਮਨਸੂਬਿਆਂ ਦਾ, ਸਾਡੀ ਕੌਮ ਨੂੰ ਮਾਰਨ ਵਾਲਿਆਂ ਦਾ ਮਨਸੂਬਿਆਂ ਦਾ ਫੈਸਲਾ ਕਰਨ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।